ਨਵਾਂ ਸ਼ਹਿਰ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪੁੱਲ ਦੇ ਹੇਠੋਂ ਇੱਕ ਮਾਸੂਮ ਬੱਚੇ ਦੀ ਲਾਸ਼ ਮਿਲੀ। ਜਦੋਂ ਬੱਚੇ ਦੀ ਪਛਾਣ ਕੀਤੀ ਗਈ ਤਾਂ ਸਭ ਦੇ ਹੋਸ਼ ਫਾਕਤਾ ਹੋ ਗਏ, ਕਿਉਂਕਿ ਮਰਨ ਵਾਲਾ ਉਹੀ ਬੱਚਾ ਸੀ ਜੋ ਬੀਤੇ ਦਿਨ ਤੋਂ ਆਪਣੇ ਘਰੋਂ ਗਾਇਬ ਸੀ। ਬੱਚੇ ਨਾਲ ਬਦਫੈਲੀ ਕਰਕੇ ਉਸ ਨਾਲ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। 6 ਸਾਲਾ ਮਾਸੂਮ ਦੀ ਇਹ ਹਾਲਤ ਦੇਖ ਸਭ ਦੀਆਂ ਤਹਾਂ ਨਿਕਲ ਗਈਆਂ। ਬਸ ਫੇਰ ਕੀ ਸੀ, ਪੁਲਿਸ ਨੇ ਕੜੀ ਨਾਲ ਕੜੀ ਮਿਲਾਉਣੀ ਸ਼ੁਰੂ ਕੀਤੀ ਤਾਂ ਸਾਰਾ ਮਾਮਲਾ ਪਾਣੀ ਵਾਂਗੂ ਸਾਫ਼ ਹੋ ਗਿਆ। ਬੱਚੇ ਨੂੰ ਜਬਰੀ ਅਗਵਾ ਕਰਕੇ ਉਸ ਨਾਲ ਗਲਤ ਕੰਮ ਕਰਨ ਵਾਲਾ ਕੋਈ ਹੋਰ ਨਹੀਂ, ਸਗੋਂ ਪਰਿਵਾਰ ਦੀ ਜਾਣ ਪਛਾਣ ਅਤੇ ਘਰ ਆਉਣ ਵਾਲਾ ਨਾਬਾਲਗ ਤਾਜ਼ਾ ਜਵਾਨ ਹੋ ਰਿਹਾ ਮੁੰਡਾ ਨਿਕਲਿਆ। ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਪਹਿਲਾਂ ਮੁਲਜ਼ਮ ਦੇ ਰਾਹ ਜਾਂਦੇ ਬੱਚੇ ਨੂੰ ਅਗਵਾ ਕੀਤਾ, ਫਿਰ ਆਪਣੀ ਹਫਸ ਨੂੰ ਮਿਟਾਉਣ ਲਈ ਉਸ ਨਾਲ ਸਰੀਰਕ ਸੰਬੰਧ ਬਣਾਏ, ਅੰਤ ਮੌਤ ਦੇ ਘਾਟ ਉਤਾਰ ਕੇ ਲਾਸ਼ ਪੁੱਲ ਦੇ ਹੇਠਾਂ ਸੁੱਟ ਦਿੱਤੀ। ਪੂਰੇ ਮਾਮਲੇ ਬਾਰੇ SSP ਅਲਕਾ ਮੀਨਾ ਨੇ ਸਾਰੀ ਜਾਣਕਾਰੀ ਦਿੱਤੀ। ਦੋਸ਼ੀ ਦੇਖੋ ਅਭੀ ਅੰਡਰ ਏਜ ਹੈ, ਤੋ ਉਸਦਾ ਨਾਮ ਅਸੀਂ ਦੱਸ ਨਹੀਂ ਸਕਦੇ, ਜੁਵੇਨਾਈਲ ਹੈ ਅਤੇ ਅਸੀਂ ਪ੍ਰੈਸ ਨੋਟ ਵਿੱਚ ਉਸਦਾ ਨਾਮ ਉਸਮਾਨ ਅਸੀਂ ਦਿੱਤਾ ਹੈ। ਸੋ ਉਹਦੀ ਏਜ ਜੋ ਹੈ ਲਗਭਗ 16-17 ਸਾਲ ਦੇ ਵਿਚਕਾਰ ਹੈ। ਦੋਸ਼ੀ ਬਿਹਾਰ ਤੋਂ ਹੈ ਜੀ। ਹਾਂਜੀ, ਇਹ ਕੀ ਏਰੀਆ ਵਿੱਚ ਰਹਿੰਦੇ ਸੀ ਜੀ, ਸੋ ਇੱਕ ਦੂਸਰੇ ਨੂੰ ਭਲੀ ਤਰ੍ਹਾਂ ਜਾਣਦੇ ਸੀ, ਇੱਕ ਦੂਸਰੇ ਦੇ ਘਰ ਵੀ ਨਾ ਦਾ ਆਉਣਾ ਜਾਣਾ ਸੀਗਾ, ਤੋ ਇਸ ਕਰਕੇ ਇੱਕ ਦੂਸਰੇ ਤੋਂ ਵਾਕਿਫ ਸੀ। ਸੋ ਫਸਟ ਵਾਰ ਇਸਨੇ ਕ੍ਰਾਈਮ ਕੀਤਾ, ਬਟ ਆਈ ਹੀਨੀਅਸ ਕ੍ਰਾਈਮ ਕੀਤਾ ਹੋਇਆ ਅਤੇ ਅਸੀਂ FIR ਦੇ ਕੇ ਇਹਨੂੰ। ਸੋ ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਸ਼ਹਿਰ 'ਚ ਸੋਗ ਦੇ ਨਾਲ ਨਾਲ ਨਾਬਾਲਗ ਮੁਲਜ਼ਮ ਖਿਲਾਫ ਗੁੱਸੇ ਦਾ ਮਾਹੌਲ ਹੈ। ਬਿਊਰੋ ਰਿਪੋਰਟ, ਹਕੀਕਤ TV।